ਦੁਨੀਆਂ ਤੇ ਆਇਆ ਕੋਈ ਤੇਰੀ ਨਾ ਮਿਸਾਲ ਦਾ, ਦੁਨੀਆਂ ਤੇ ਆਇਆ ਕੋਈ ਤੇਰੀ ਨਾ ਮਿਸਾਲ ਦਾ, ਮੈਂ ਲੱਭ ਕੇ ਲਿਆਵਾਂ ਕਿੱਥੋਂ ਸੋਨਾ ਤੇਰੇ ਨਾਲ ਦਾ, ਮੈਂ ਲੱਭ ਕੇ ਲਿਆਵਾਂ ਕਿੱਥੋਂ ਸੋਨਾ ਤੇਰੇ ਨਾਲ ਦਾ, ਦੁਨੀਆਂ ਤੇ ਆਇਆ ਕੋਈ ਤੇਰੀ ਨਾ ਮਿਸਾਲ ਦਾ, ਹੂਰਾਂ ਨੂੰ ਤੂੰ ਨੂਰ ਵੰਡੇ ਹਫਸ਼ੀ ਬਿਲਾਲ ਦਾ, ਹੂਰਾਂ ਨੂੰ ਤੂੰ ਨੂਰ ਵੰਡੇ ਹਫਸ਼ੀ ਬਿਲਾਲ ਦਾ, ਮੈਂ ਲੱਭ ਕੇ ਲਿਆਵਾਂ ਕਿੱਥੋਂ ਸੋਨਾ ਤੇਰੇ ਨਾਲ ਦਾ। ਔਜ਼ ਬਿੱਲਾਹਿ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਦੋਸਤੋ ਅਤੇ ਮੇਰੇ ਸਲਾਮੀ ਭੈਣ ਭਰਾਓ, ਤੁਹਾਨੂੰ ਮੈਂ ਇੱਕ ਆਸਾਨ ਜਿਹਾ ਖਾਸ ਵਜ਼ੀਫਾ ਰਿਜਕ ਦੀ ਕੁਸ਼ਾਸੀ ਯਾਦ ਰਿਜਕ ਫਰਾਖੀ ਯਾਦ ਅਤੇ ਰਿਜਕ ਦੇ ਤੁਹਾਡਾ ਢੇਰ ਲੱਗ ਜਾਣ, ਇਨਸ਼ਾਅੱਲਾ ਤੁਹਾਨੂੰ ਮੈਂ ਉਹ ਵਜ਼ੀਫਾ ਦੱਸਣ ਲੱਗਾ। ਤੁਸੀਂ ਇਹਨੂੰ ਪੜ੍ਹੋਗੇ ਅਤੇ ਅੱਲਾ ਨੇ ਤਾਇਆ ਵੇਖੋ ਤੁਹਾਨੂੰ ਰਿਜਕ ਦੀ ਕਿਵੇਂ ਬਾਰਿਸ਼ ਹੋਣੀ ਸ਼ੁਰੂ ਹੋਏਗੀ, ਕਹਿੰਦੇ ਬਾਰਿਸ਼ ਹੋਣੀ, ਇਸ ਤਰ੍ਹਾਂ ਬਾਰਿਸ਼ ਹੋਣੀ ਸ਼ੁਰੂ ਹੋਏਗੀ ਰਿਜਕ ਦੀ। ਅਤੇ ਪੜ੍ਹਨਾ ਕਿ ਸੁਬਹਾ 7 ਦਫ਼ਾ ਪਹਿਲੇ ਦਰੂਸ਼ੀ ਪੜ੍ਹੋ, ਸੁਬਹਾ ਦੀ ਨਮਾਜ਼ ਪੜ੍ਹ ਕੇ ਉਸ ਤੋਂ ਬਾਅਦ ਦਾ ਵਜ਼ੀਫਾ ਜੇ। 7 ਦਫ਼ਾ ਦਰੂਸ਼ੀ ਪੜ੍ਹ ਕੇ 19 ਦਫ਼ਾ ਬਿਸਮਿਲ੍ਲਾ ਸ਼ਰੀਫ ਪੜ੍ਹਨੀ ਹੈ, ਪੜ੍ਹ ਕੇ ਉਸ ਤੋਂ ਬਾਅਦ ਤੁਸੀਂ ਬਹਿ ਜਾਣਾ, ਇਹਨੂੰ ਤੁਸੀਂ 500 ਦਫ਼ਾ ਪੜ੍ਹਨਾ ਬਹਿ ਕੇ ਤਸਬੀਹ 'ਤੇ ਪੜ੍ਹਨਾ ਤੁਸੀਂ, ਯਾ ਅੱਲਾਹੋ ਯਾ ਵਹਾਬੋ ਯਾ ਰਜ਼ਾਕੋ, ਯਾ ਅੱਲਾਹੋ ਯਾ ਵਹਾਬੋ ਯਾ ਰਜ਼ਾਕੋ, ਯਾ ਅੱਲਾਹੋ ਯਾ ਵਹਾਬੋ ਯਾ ਰਜ਼ਾਕੋ, ਯਾ ਅੱਲਾਹੋ ਯਾ ਵਹਾਬੋ ਯਾ ਰਜ਼ਾਕੋ। ਜਦੋਂ ਤੁਸੀਂ ਇਹਨੂੰ 500 ਦਫ਼ਾ ਪੜ੍ਹ ਲਿਆ, ਉਸ ਤੋਂ ਬਾਅਦ 7 ਦਫ਼ਾ ਦਰੂਸ਼ੀ ਪੜ੍ਹਨਾ ਅਤੇ ਅੱਲਾਹ ਦੇ ਹਜ਼ੂਰ ਦੁਆ ਕਰਨੀ ਹੈ। ਅਤੇ ਮੇਰੇ ਮੌਲਾਂ ਚਾਹੇ ਤੁਹਾਨੂੰ ਉੱਥੋਂ ਤੁਹਾਡੇ ਕੋਲ ਅੱਲਾਹ ਤਾਲਾ ਰੁਪਿਆ ਦੁਨੀਆਂ ਦਾ ਮਾਲ ਆਏਗਾ, ਜਿੱਥੋਂ ਤੁਹਾਨੂੰ ਤੁਹਾਡੀ ਸੋਚ ਵੀ ਨਹੀਂ ਹੈਗੀ, ਇਨਸ਼ਾਅੱਲਾ ਤਾਲਾ ਨੇ ਚਾਹੇ ਤਾਂ। ਇਹਨੂੰ ਪੜ੍ਹੋ 500 ਦਫ਼ਾ, ਅੱਗੇ ਪਿੱਛੇ ਦਰੂਸ਼ੀ ਪੜ੍ਹ ਕੇ, ਯਾ ਅੱਲਾਹੋ ਯਾ ਵਹਾਬੋ ਯਾ ਰਜ਼ਾਕੋ, ਇਹ ਤਿੰਨ ਇਸਮ ਪੜ੍ਹੋ ਅੱਲਾਹ ਤਾਲਾ, ਅਤੇ ਇਨਸ਼ਾਅੱਲਾ ਤੁਹਾਡੇ ਕੋਲ ਵੀ ਰਿਜ਼ਕ ਦੀ ਕਹਿਵੇ ਫਰਾਖੀ ਅੱਲਾਹ ਤਾਲਾ ਪੈਦਾ ਕਰ ਦੇਗਾ, ਰਿਜ਼ਕ ਦੇ ਢੇਰ ਲੱਗ ਜਾਣਗੇ। ਅੱਛਾ ਦੋਸਤੋ, ਫਿਰ ਇਹਨੂੰ ਪੜ੍ਹੋ ਅਤੇ ਬਾਬੇ ਆਬਦ ਨੂੰ ਦੁਆ ਦਿਓ। ਅਸਲਾਮ ਵਾਲੇਕੁਮ।